जे कांग्रेस पार्टी पंजाब की सरकार बनती है और जे तुसी फिर तो वित्त मंत्री बनते हो तुसी की चीज़ां लियाओगे कि जो पंजाब मुड़ तो तरक्की दे राह ते आ जाएगा बिकॉज अजे भाजपा ही रहेगी केंद्र विच सानूं उत्थों हेल्प नहीं मिलेगी। देखो सब तो पहला तो ये पंजाब नूं ये तस्लीम करना पैना कि जिन्ने सालां च पंजाब तबाह होया ये उन्ने सालां च ही उन्हें ठीक होएगा। ये कोई मैं कोई झूठियां उम्मीदां देण नहीं आया, मैं कोई सब्ज़ बाग नहीं थोनों दिखांदा, मैं नहीं कहिंदा कि जिद्दन कांग्रेस पार्टी की सरकार बन गई तो इत्थे दुध घ्यो दियां नदियां वगणगियां, कोई शहद दे दरिया वगणगे। मसले बहुत वड्डे है पर साढ़े जज्बे तो वड्डे नहीं है। रस्ता बहुत कठिन है पंजाब नूं तरक्की ते लैके आण दा, पर कांग्रेस पार्टी कोले ਉਹ ਜਿਹੜਾ ਸਫ਼ਰ ਦਾ ਸਮਾਨ ਹੈ ਹਿੰਮਤ ਤੇ ਹੌਸਲਾ ਕੁਝ ਇਹ ਉਹਦਾ ਸਮਾਨ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਵੀ ਸਾਨੂੰ ਲੱਗੇ ਕਿ ਹਾਂ ਕੋਈ ਯੋਜਨਾ ਵੀ ਹੈ ਸਿਵਾਏ ਯੂ ਨੋ ਜਸ ਬਿਕੋਜ਼ ਅਸੀਂ ਅੱਜ ਸੁਣਦੇ ਹਾਂ ਹਰ ਬੰਦਾ ਇੱਕ ਸਿਆਸੀ ਵਾਹਨ ਚਲਾ ਰਿਹਾ ਹੁੰਦਾ ਚੰਦਾ ਦੇ ਵਾਹਨ ਚੱਲ ਰਹੇ। ਜੇ ਜੇ ਤੁਹਾਡੇ ਸਿਰ ਕਰਜ਼ਾ ਹੋਵੇ ਨਿਮਰਤ ਤਾਂ ਤੁਸੀਂ ਦੱਸੋ ਕੀ ਕਰੋਗੇ? ਖਰਚਾ ਘਟਾਵਾਂਗੇ। ਤੁਸੀਂ ਆਪਣੇ ਖਰਚੇ ਘਟਾਓਗੇ ਔਰ ਜਾਂ ਆਮਦਨ ਵਧਾਓਗੇ? ਇਹਨਾਂ ਦੋਨਾਂ 'ਚ ਅਸੀਂ ਦੋਵੇਂ ਕਰਾਂਗੇ, ਆਪਣੇ ਖਰਚੇ ਘਟਾਵਾਂਗੇ, ਫਜ਼ੂਲ ਦੇ ਖਰਚੇ ਜਿਹੜੇ ਆ। ਤੁਹਾਡੇ ਸੁਣਨ ਵਾਲਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਹੋਏਗਾ ਕਿ ਪੰਜਾਬ ਦੇ ਵਿੱਚ ਤਕਰੀਬਨ 100 ਕਮਿਸ਼ਨ ਹੋਣੀ ਹੈ। ਯੂਨੋ ਹਰ ਕਮਿਸ਼ਨ ਦਾ ਖਰਚਾ 3-4 ਕਰੋੜ ਰੁਪਏ ਹੈ ਔਰ ਇਹ ਕਮਿਸ਼ਨ ਜਿਹੜੀ ਹੈ ਸਿਆਸੀ ਰਿਸ਼ਵਤਾਂ ਇੱਕ ਕਿਸਮ ਦੀਆਂ ਹੁੰਦੀਆਂ, ਕਿਸੇ ਇਹਨੂੰ ਚੇਅਰਮੈਨ ਬਣਾ ਤਾ, ਇਹਨੂੰ ਮੈਂਬਰ ਬਣਾ ਤਾ, ਇਹਨੂੰ ਗੱਡੀ ਦੇ ਤੀ, ਇਹਨੂੰ ਬੰਗਲਾ ਦੇ ਤਾ। ਅਤੇ ਜੇ ਇਹ ਸਾਰੇ ਕਮਿਸ਼ਨ ਹੀ ਖਤਮ ਹੋ ਜਾਣ 100 ਦੇ 100, 300-400 ਕਰੋੜ ਰੁਪਏ ਪੰਜਾਬ ਨੂੰ ਬਚ ਸਕਦਾ, ਸਬਸਟੈਂਸ਼ੀਅਲ ਅਮਾਊਂਟ ਬਣ। ਪੰਜਾਬ ਦੇ ਵਿੱਚ 21-22 ਇੰਪਰੂਵਮੈਂਟ ਟਰੱਸਟ ਹੈ, ਉਹ ਸਾਰੀਆਂ ਖਤਮ। ਹੁਣ ਜਦੋਂ ਪੂਡਾ ਬਣ ਗਿਆ, ਗਮਾਡਾ ਬਣ ਗਿਆ, ਉਹਦੇ 'ਚ ਕੋਈ ਜ਼ਰੂਰਤ ਨਹੀਂ ਹੈ। ਇੰਪਰੂਵਮੈਂਟ ਟਰੱਸਟ ਖਤਮ ਕੀਤੀਆਂ ਜਾ ਸਕਦੀਆਂ, 100-200 ਕਰੋੜ ਉੱਥੋਂ ਬਚ ਜਾਏਗਾ। ਯੂਨੋ ਪੰਜਾਬ ਦੇ ਵਿੱਚ 22 ਜ਼ਿਲ੍ਹੇ ਆ ਤਾਂ 22 DTO ਹੋਣੇ ਆ। DTO ਦੇ ਦਫ਼ਤਰ ਦੀ ਕੀ ਜ਼ਰੂਰਤ ਹੈ? ਯੂਨੋ ਐਵਰੀਥਿੰਗ ਕੈਨ ਬੀ ਡਨ ਔਨਲਾਈਨ। DTO ਖਤਮ ਹੋ ਸਕਦਾ, ਇੱਥੇ ਕਮਿਸ਼ਨਰਸ ਹੈਗੇ, ਹਰ 3-4-5 ਕਮਿਸ਼ਨਰਸ ਹੈ, ਕੋਈ ਫਿਰੋਜ਼ਪੁਰ ਬਹਿੰਦਾ, ਕੋਈ ਪਟਿਆਲਾ, ਖਤਮ ਕੀ। ਸੋ ਐਡਮਿਨਿਸਟ੍ਰੇਟਿਵ ਰਿਫੋਰਮਸ, ਗਵਰਨੈਂਸ ਰਿਫੋਰਮਸ, ਔਰ ਸਭ ਤੋਂ ਜਿਹੜੀ ਜੜ ਹੈ, ਜਿਹੜੀ ਜੜ ਹੈ, ਇੱਕ ਇੱਕ ਰੁਪਈਆ ਜਿਹੜਾ ਪੰਜਾਬ ਦਾ ਬਚਾਉਣਾ ਹੈ, ਇੱਕ ਇੱਕ ਰੁਪਇਆ ਜੋੜ ਕੇ, ਔਰ ਜਿਹੜਾ ਸਾਡਾ ਐਜੂਕੇਸ਼ਨ ਦਾ ਮਿਆਰ ਹੈ, ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ, ਲਿਖਾਵਾਂਗੇ, ਇਹਨਾਂ ਨੂੰ ਕਾਬਲ ਬਣਾਵਾਂਗੇ, ਔਰ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤਾਂ 15 ਸਾਲ ਬਾਅਦ ਪੰਜਾਬ ਆਪਣੇ ਫਿਰ ਪੈਰਾਂ 'ਤੇ ਖੜ੍ਹਾ ਹੋ ਜਾਏਗਾ। ਮੈਂ ਝੂਠ ਨਹੀਂ ਕਹਿੰਦਾ ਕਿ ਮੈਂ ਅਗਲੇ ਦਿਨ ਹੀ ਜਾਂ ਅਗਲੇ ਮਹੀਨੇ ਜਾਂ ਅਗਲੇ ਸਾਲ ਹੋ ਜਾਏਗਾ, 15 ਸਾਲਾਂ 'ਚ, ਕਿਉਂਕਿ ਕੌਮਾਂ ਦੀ ਤਾਰੀਖ ਦੇ ਵਿੱਚ ਅਰੂਜ ਵੀ ਆਉਂਦੇ ਹੈ ਅਤੇ ਜ਼ਵਾਲ ਵੀ ਆਉਂਦੇ ਹੈ। ਸੋ 15 ਸਾਲਾਂ ਬਾਅਦ ਪੰਜਾਬ ਆਪਣੇ ਪੈਰਾਂ 'ਤੇ ਫਿਰ ਤੁਰਨਾ ਸਿੱਖ ਜਾਏਗਾ। ਤੁਹਾਡੀਆਂ ਗੱਲਾਂ ਉਮੀਦ ਜ਼ਰੂਰ ਦਿੰਦੀਆਂ ਨੇ, ਪਰ ਜਾਣ ਤੋਂ ਪਹਿਲੇ ਇੱਕ ਛੋਟੀ ਜਿਹੀ ਗੇਮ ਜ਼ਰੂਰ ਖੇਲਾਂਗੇ। ਆਈ ਜਸਟ ਮੈਂ ਇੱਕ ਕੁਛ ਲਫ਼ਜ਼ ਕਹਾਂਗੀ ਜੋ ਤੁਹਾਡਾ ਇੰਸਟੈਂਟ ਰਿਐਕਸ਼ਨ ਹੁੰਦਾ, ਮੈਨੂੰ ਉਹਦੇ ਰਿਐਕਸ਼ਨ ਚਾਹੀਦਾ ਹੈਗਾ। ਆਮ ਆਦਮੀ ਪਾਰਟੀ, ਗੁੱਡ ਲੱਕ, ਗੁੱਡ ਲੱਕ। ਆਪਣੀ ਪੰਜਾਬ ਪਾਰਟੀ, ਜਮਹੂਰੀਅਤ ਤਾਂ ਹੁਸਨ ਹੈ, ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਬਾਦਲ ਪਰਿਵਾਰ, ਬੇਈਮਾਨ। ਸਿਆਸਤ, ਇਬਾਦਤ। ਤੁਹਾਡੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ, ਜਿਸ ਦਿਨ ਮੇਰਾ ਬੇਟਾ ਪੈਦਾ ਹੋਇਆ ਸੀ, ਇਟ ਵਾਜ਼ ਅ ਮਿਰੇਕਲ ਆਫ ਗੋਡ। ਮਨਪਸੰਦ ਕਿਤਾਬ, ਹਾਊ ਦ ਸਟੀਲ ਵਾਜ਼ ਟੈਂਪਰਡ, ਇੱਕ ਰੂਸੀ ਲਿਖਾਰੀ ਹੈ, ਉਸਨੇ ਮੇਰੀ ਜ਼ਿੰਦਗੀ ਤਬਦੀਲ ਕਰਤੀ ਜਿਸ ਦਿਨ ਦੀ ਮੈਂ, ਇਟਸ ਅ ਲਾਈਫ ਚੇਂਜਿੰਗ ਐਕਸਪੀਰੀਅੰਸ। ਅਤੇ ਇੱਕ ਹੈ ਹਿਸਟਰੀ ਆਫ ਰੋਮ ਬਾਈ ਗਿਬਨਸ, ਲਾਈਫ ਆਲਟਰਿੰਗ ਐਕਸਪੀਰੀਅੰਸ, ਮਤਲਬ ਕਿਤਾਬਾਂ ਨੇ ਪਰਸਨੈਲਿਟੀ ਚੇਂਜ ਕਰਤੀ, ਸੋਚ ਹੀ ਬਦਲਤੀ। I must read them then. ਉਮੀਦ ਕਰਦੇ ਹਾਂ ਸਾਡੇ ਦਰਸ਼ਕ ਵੀ ਇਹ ਕਿਤਾਬਾਂ ਜ਼ਰੂਰ ਪੜ੍ਹਨਗੇ ਅਤੇ ਮਨਪ੍ਰੀਤ ਸਿੰਘ ਬਾਦਲ ਨਾਲ ਜੋ ਵਕਤ ਸਮਾਂ ਬਿਤਾਇਆ ਹੈ ਇਹਦੇ ਨਾਲ ਥੋੜ੍ਹੀ ਕਲੈਰਿਟੀ ਆਏਗੀ ਕਿ ਆਉਣ ਵਾਲੇ ਸਮੇਂ ਵਿੱਚ ਜੇ ਕਾਂਗਰਸ ਲਈ ਆਉਂਦੀ ਹੈ ਤਾਂ ਉਹਨਾਂ ਦੀ ਯੋਜਨਾਵਾਂ ਕੀ ਹੈ, ਪੰਜਾਬ ਤਰੱਕੀ 'ਤੇ ਰਾਹ 'ਤੇ ਜਾਏਗਾ ਅਤੇ ਕਿਸ ਤਰ੍ਹਾਂ ਜਾਏਗਾ। ਫਿਰ ਹਾਜ਼ਰ ਹੋਵਾਂਗੇ ਇੱਕ ਹੋਰ ਮੁਲਾਕਾਤ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।